ਤੁਸੀਂ ਇਹ ਗੱਲ ਮੰਨੋਗੇ ਕਿ ਇਹ ਤਸਵੀਰ ਤਾਂ ਤੁਹਾਡੀ ਹੈ ਸਿਰਫ ਹਾਂ ਜਾਂ ਨਾ ਚ ਜਵਾਬ ਦਿਓ ਇਹ ਤਸਵੀਰ ਤਾਂ ਤੁਹਾਡੀ ਹੈ ਤਸਵੀਰ ਮੇਰੀ ਹੈ ਜੀ ਇਹ ਤਸਵੀਰ ਮੇਰੀ ਹੈ ਮੈਂ ਇਸ ਚੀਜ਼ ਨੂੰ ਮੰਨਦਾ ਵਾਂ ਅਜਿਹਾ ਕੀ ਕਰਤਾ ਤੁਸੀਂ ਤੁਸੀਂ ਉਸ ਫੋਟੋ 'ਚ ਮੂੰਹ ਬੰਨਿਆ ਹੋਇਆ ਹੈ ਔਰ ਕਿਹਾ ਜਾ ਰਿਹਾ ਹੈ ਕਿ ਚਿੱਟਾ ਬਰਾਮਦ ਹੋਇਆ ਹੈ ਤੁਸੀਂ ਉਸ ਤਸਵੀਰ 'ਚ ਮੂੰਹ ਕਿਉਂ ਟੱਕਿਆ ਹੋਇਆ ਗ੍ਰਿਫਤਾਰੀ ਉਦੋਂ ਕਿਉਂ ਹੋਈ ਸੀ ਕਿ ਉਸ ਤੋਂ ਬਾਅਦ ਵੀ ਕਦੀ ਦੁਬਾਰਾ ਗ੍ਰਿਫਤਾਰੀ ਹੋਈ ਹੈ ਤੁਹਾਡੀ ਨਹੀਂ ਇਹ ਗਲਤ ਫੋਟੋ ਜੀ ਇਹ ਗ੍ਰਿਫਤਾਰੀ ਜਦੋਂ ਝੂਠੇ ਮੁਕਦਮੇ ਪਾਏ ਗਏ ਸੀ ਨਾ ਪੰਜਾਬ ਪੁਲਿਸ ਤੇ ਮੇਰੇ ਵੱਲੋਂ ਝੂਠੇ ਮੁਕਦਮੇ ਪਾਏ ਜਿੱਚ ਮੈਂ ਤੁਹਾਡੇ ਹੀ ਲੁਧਿਆਣੇ ਦੇ ਕੁਝ ਹਿੰਦੂ ਲੀਡਰਸ ਨੇ ਕੰਪਲੇਂਟ ਦਿੱਤੀ ਸੀ ਕਿ ਸਿਕਿਉਰਿਟੀ ਦੀ ਆਰਚ ਗਲਤ ਕੰਮ ਕਰਦੇ ਨੇ ਮੇਰੀ ਗੱਲ ਸੁਣੋ ਜੀ ਮੇਰਾ ਵੇਰਵਾ ਤੇ ਆਲ ਵਰਲਡ ਨੂੰ ਪਤਾ ਹੈ ਮੈਨੂੰ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਹੈਗੀ ਆਪਣੀ ਤੁਸੀਂ ਇਕੱਲੇ ਕਿਉਂ ਵਿਵਾਦਾਂ 'ਚ ਜੋੜ ਰਹੇ ਹੋ ਹੋਰ ਵੀ ਹਿੰਦੂ ਲੀਡਰ ਨੇ ਤੁਹਾਡਾ ਕੀ ਰਿਐਕਸ਼ਨ ਸੀ ਜਦੋਂ ਤੁਸੀਂ ਇਹ ਫੋਟੋ ਦੇਖੀ ਉੱਤੇ ਲਿਖਿਆ ਸੀ ਕਿ ਚਿੱਟੇ ਨਾਲ ਫੜਿਆ ਗਿਆ ਅਮਿਤ ਅਰੋੜਾ ਤੁਹਾਡਾ ਕੀ ਰਿਐਕਸ਼ਨ ਸੀ ਪਹਿਲਾਂ ਡਾਕਟਰ ਸਾਹਿਬ ਮਨ ਖਰਾਬ ਹੁੰਦਾ ਹੈ ਦੁੱਖ ਲੱਗਦਾ ਹੈ ਦੁੱਖ ਕਿਸ ਗੱਲ ਦਾ ਲੱਗਾ ਮੈਂ ਪਰਿਵਾਰ ਗਵਾਏ ਨੇ ਮੈਂ ਤੁਹਾਨੂੰ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਕਿ ਅਮਿਤ ਆ ਕੇ ਕੰਮ ਕਰਤਾ ਤੂੰ ਆ ਕੀ ਕਾਂਡ ਕਰਤਾ ਤੁਹਾਡੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਅਜਿਹਾ ਕੀ ਕਰਤਾ ਤੁਸੀਂ ਤੁਸੀਂ ਉਸ ਫੋਟੋ 'ਚ ਮੂੰਹ ਬੰਨਿਆ ਹੋਇਆ ਹੈ ਔਰ ਕਿਹਾ ਜਾ ਰਿਹਾ ਹੈ ਕਿ ਚਿੱਟਾ ਬਰਾਮਦ ਹੋਇਆ ਹੈ एक बेनती करना चाहना जी मैं तुहाडे चैनल राही कि सारे नाल पहला ते मैं पंजाब पुलिस दे मानयोग डीजीपी साहब लुधियाना पुलिस कमिश्नर सीपी साहब नूं एक बेनती करूंगा तुहाडे चैनल राही कि इहदा स्पष्टीकरण इस फोटो दा जरूर देन कि 2016 दे विच मेरे ते अत्तवादी हमला होया सीगा जी ठीक है जी 2016 दे विच मेरे ते गोली लगी सी अत्तवादी जिहदे विच रमनदीप शेरा गुगनी होर मतलब गैंगस्टर सीगे जग्गी जोल सीगा मतलब कई अत्तवादी सी जिन्होंने मेरे ते हमला किया सीगा उन्दे विच पंजाब पुलिस ने मेरे ते झूठा मुकदमा दर्ज किया सीगा कि अमित अरोड़ा दे सरिया वजे गोली नहीं लगी जबकि मानयोग उस टाइम सी पुलिस कमिश्नर अपना पुलिस कमिश्नर साहब ते मानयोग डीजीपी साहब सीगे दिनकर गुप्ता जी मानयोग सीएम साहब सीगे साडे अपना कैप्टन अमरिंदर सिंह जी इन्होंने प्रेस की सी कि अमित अरोड़ा दे गोली लगी है अमित अरोड़ा दे गोली लगी है कि इह बंदे असीं फड़ ले ट्रेस कर ले है फोटो मेरी गलत वायरल हो रही है ठीक है जी अज मैनू देखो पूरे आल वर्ल्ड चो कि फोन आ गए मैं कहना पंजाब नहीं कहूंगा आल वर्ल्ड चो तुहाडे पत्रकार भाईचारा दे होर दिखा लो आल वर्ल्ड चो किन्ने फोन आ गए कि मेरी जान के छवि नू खराब किया जा रहा है स्पष्टीकरण कल मैं मानयोग सीपी साहब नु लुधियाना नु कल मैं कंप्लेंट दूंगा और पूछूंगा सर मेरा कसूर की है अमित जी मेरा एक सवाल है मैं ये जानने की कोशिश करना चाहना कि तुसी उस तस्वीर च मुंह क्यों ढकया होया गिरफ्तारी उदो क्यों हुई सी कि उस तो बाद भी कभी दोबारा गिरफ्तारी हुई है तुहाडी नहीं ये गलत फोटो जी ये गिरफ्तारी जो झूठे मुकदमे पाए गए सी ना पंजाब पुलिस से मेरे वल्लों झूठे मुकदमे पाए जिस मैं एनआईए तो बरी होया हर केस दे विचों जी ठीक है ਇਹ ਮੇਰੀ ਪੁਰਾਣੀ ਫੋਟੋ ਅੱਜ ਤੱਕ ਮੈਂ ਕਹਿੰਦਾ ਕਿ ਮੈਂ ਇੰਨੇ ਤਸੀਹੇ ਸਹੇ ਮੇਰੇ ਪਰਿਵਾਰ ਦਾ ਖਰਾਬ ਹੋਏ ਜਦੋਂ ਇਹ ਝੂਠੀ ਹੁਣ ਫੋਟੋਆਂ ਦੇਖ ਕੇ ਇੰਨੀ ਮੇਰੀ ਵਾਇਰਲ ਹੋਈ ਜੇ ਮੈਂ ਇੱਕ ਆਰਟਿਸਟ ਵੀ ਹਾਂ ਸਿੰਗਰ ਵੀ ਹਾਂ ਤੇ ਮੇਰੀ ਛਵੀ ਖਰਾਬ ਕੀਤੀ ਜਾਂਦੀ ਕਿ ਹਿੰਦੂ ਜੱਟ ਵੀ ਹਾਂ ਮੇਰੀ ਛਵੀ ਖਰਾਬ ਕੀਤੀ ਜਾਂਦੀ ਹੈ ਕਿਉਂ ਕੀਤੀ ਜਾਂਦੀ ਹੈ ਕੱਲ ਮੈਂ ਇਹੀ ਚੀਜ਼ ਪੁੱਛੂੰਗਾ ਮਾਨਯੋਗ ਲੁਧਿਆਣਾ ਸੀਪੀ ਸਾਹਿਬ ਨੂੰ ਕਿਆ ਸਰ ਤੁਹਾਡਾ ਕੋਈ ਅਫਸਰ ਸਹਿਬਾਨ ਤੁਹਾਡੇ ਸਪਸ਼ਟੀਕਰਨ ਦੇਣਗੇ ਕਿ ਇਸ ਫੋਟੋ ਬਾਰੇ ਤੁਸੀਂ ਕੀ ਕਹੋਗੇ ਜਿਹੜੀ ਮੇਰੀ ਛਵੀ ਖਰਾਬ ਕੀਤੀ ਗਈ ਹੈ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਮਿਲੂੰਗਾ ਇਸ ਫੋਟੋ ਬਾਰੇ ਪੁੱਛੂੰਗਾ ਕਿਆ ਸਰ ਤੁਸੀਂ ਸਪਸ਼ਟੀਕਰਨ ਦਵਾਓਗੇ ਕਿਉਂਕਿ ਮੈਨੂੰ ਮਹਿਸੂਸ ਹੋਇਆ ਕਿ ਆਲ ਵਰਲਡ ਦੇ ਵਿੱਚ ਕੋਈ ਫੋਟੋ ਕਿੱਦਾਂ ਵਾਇਰਲ ਹੋ ਰਹੀ ਲੋਕ ਮੈਨੂੰ ਗਲਤ ਨਿਗਾਹਾਂ ਦੇਖ ਰਹੇ ਨੇ ਗਲਤ ਨਿਗਾਹਾਂ ਮੇਰੇ ਨਾਲ ਗਲ ਕਰ ਰਹੇ ਨੇ ਗਲਤ ਚੀਜ਼ਾਂ ਮਨ ਚ ਆ ਰਹੀਆਂ ਉਹਨਾਂ ਦੀਆਂ ਜੇ ਅਮਿਤ ਅਰੋੜਾ ਵਾਕਈ ਕੰਮ ਕਰਦਾ ਹੋਊਗਾ ਮਤਲਬ ਚੀਜ਼ਾਂ ਇਸ ਫੋਟੋ ਦਾ ਮੈਂ ਸਪਸ਼ਟੀਕਰਨ ਜ਼ਰੂਰ ਦਊਂਗਾ ਕੱਲ ਮੈਂ ਪੰਜਾਬ ਪੁਲਿਸ ਤੋਂ ਪੁੱਛੂਗਾ ਕਿ ਮੈਨੂੰ ਇਨਸਾਫ ਲਈ ਇਹਨਾਂ ਦੇ ਜਿਨ੍ਹਾਂ ਨੇ ਮੇਰੀ ਗਲਤ ਫੋਟੋ ਵਾਇਰਲ ਕੀਤੀ ਹੈ ਕਿਆ ਇਹਨਾਂ ਤੇ ਮੁਕਦਮਾ ਦਰਜ ਕੀਤਾ ਜਾਊਗਾ ਇਹਨਾਂ ਦੇ ਮਾਨ ਤੇ ਕੇਸ ਵੀ ਕਰੂੰਗਾ ਜਿਨ੍ਹਾਂ ਨੇ ਗਲਤ ਫੋਟੋ ਵਾਇਰਲ ਕੀਤੀ ਹੈ ਜਾਂ ਗਲਤ ਮੇਰੀ ਛਵੀ ਖਰਾਬ ਕੀਤੀ ਹੈ ਤੁਸੀਂ ਇਹ ਗੱਲ ਮੰਨੋਗੇ ਕਿ ਇਹ ਤਸਵੀਰ ਤਾਂ ਤੁਹਾਡੀ ਹੈ ਸਿਰਫ ਹਾਂ ਜਾਂ ਨਾ ਚ ਜਵਾਬ ਦਿਓ ਇਹ ਤਸਵੀਰ ਤਾਂ ਤੁਹਾਡੀ ਹੈ ਤਸਵੀਰ ਮੇਰੀ ਹੈ ਜੀ ਇਹ ਤਸਵੀਰ ਮੇਰੀ ਹੈ ਮੈਂ ਇਸ ਚੀਜ਼ ਨੂੰ ਮੰਨਦਾ ਵਾਂ ਕਿਉਂਕਿ ਇਹ ਤਸਵੀਰ ਤੁਸੀਂ ਸਪਸ਼ਟੀਕਰਨ ਪੱਤਰਕਾਰ ਸਾਹਿਬ ਤੁਸੀਂ ਮਾਨਯੋਗ ਪੁਲਿਸ ਕੋ ਵੀ ਪੁੱਛੋ ਜੀ ਮੈਂ ਤੁਹਾਡੇ ਚੈਨਲ ਪੁੱਛਦਾ ਕਿ ਇਹ ਤਸਵੀਰ ਇਹਦਾ ਸਪਸ਼ਟੀਕਰਨ ਤੁਸੀਂ ਕੀ ਦੋਗੇ ਤਸਵੀਰ ਦਾ ਪੁੱਛੋ ਮਾਨਯੋਗ ਲੁਧਿਆਣਾ ਨੂੰ ਪੁੱਛੋ ਕਿ ਇਹਦਾ ਸਪਸ਼ਟੀਕਰਨ ਕੀ ਦੋਗੇ ਲੋਕ ਫੋਟੋਆਂ ਨੂੰ ਵਾਇਰਲ ਕਰ ਰਹੇ ਨੇ ਸ਼ੇਅਰ ਕਰ ਰਹੇ ਔਰ ਉੱਤੇ ਲਿਖ ਰਹੇ ਨੇ ਕਿ ਇਸ ਕੰਮ ਲਈ ਸਿਕਿਉਰਿਟੀ ਲੈਂਦੇ ਨੇ ਜਾਣ ਕੇ ਵਾਇਰਲ ਕੀਤੀਆਂ ਜਾਂਦੀਆਂ ਸਿਕਿਉਰਿਟੀ ਲੈਣ ਦੇ ਲਈ ਕੀਤਾ ਜਾਂਦਾ ਸਭ ਕੁਝ ਕੀਤੀ ਜਾਂਦੀ ਹੈ ਦੇਸ਼ ਭਗਤਾਂ ਦੀ ਹਿੰਦੂ ਲੀਡਰਾਂ ਦੀ ਛਵੀ ਖਰਾਬ ਕੀਤੀ ਜਾਂਦੀ ਹੈ ਮੈਂ ਦੇਸ਼ ਭਗਤ ਹਾਂ ਮੇਰੇ ਚ ਮੇਰੇ ਪੰਜਾਬ ਲਈ ਮੇਰੇ ਹਿੰਦੁਸਤਾਨ ਲਈ ਜਜ਼ਬਾ ਹੈ
क्यों ये खराब कर रहे हैं? कुछ कट्टरवादी लोग बाहर बैठे है जिहड़ा पंजाब का माहौल खराब करने लिए जान के साडियां फोटोआं नूं इदां वायरल कर रहे हैं, क्यों कर रहे हैं? मैं कल यही चीज अफसर साहबान नूं पुछूंगा, क्या इस फोटो का तुसीं स्पष्टीकरण करोगे? क्या इस नूं मैनूं इंसाफ दवाओगे? जिन्होंने फोटो गलत वायरल की उन्होंने मुकदमा दर्ज करोगे? मैं इंसाफ लिए 24 घंटे जो ना हो तो फिर मैं धरना भी लगाऊंगा, धरने से भी बैठूंगा, मैं चुप नहीं रहूंगा, क्योंकि मैं अपनी बेइज्जती कब तक बर्दाश्त करूंगा? अपनी जी लोग मेरे थां थां मैं गलत निगाह देख रहे हैं। लुधियाने के कुछ हिंदू लीडर्स ने कंप्लेन दी कि सिक्योरिटी की आड़ च गलत काम करते हैं। मेरी गल सुनो जी, मेरा वेरवा आल वर्ल्ड नूं पता है, मैनूं स्पष्टीकरण देने की लोड़ नहीं हैगी अपनी कि मेरा वेरवा सर के तो पता कि अमित अरोड़ा की छवि की है। अमित अरोड़ा कट्टर हिंदू है और शौक रखता हिंदू जट है, मतलब कुछ लोग जान के अपनी TRP लैन लई कि अमित अरोड़ा का नाम यूज करना, अमित अरोड़ा नूं यूज करना कि जान के हुण देखो कितना पोस्ट पा दी गलत मेरी छवि खराब करने लई। यही चीज मैं मानयोग CP साहब नूं पुछूंगा, क्या तुसीं कोई अफसर साहबान मेरी छवि लई कोई स्पष्टीकरण देगा इस फोटो का? यही चीज मैं पूछूंगा जाके जी। ਤੁਸੀਂ ਕੱਲੇ ਕਿਉਂ ਵਿਵਾਦਾਂ 'ਚ ਜੋੜ ਰਹੇ ਹੋ? ਹੋਰ ਵੀ ਹਿੰਦੂ ਲੀਡਰ ਨੇ। ਮੇਰੀ ਗੱਲ ਸੁਣੋ ਜੀ, ਪਰਮਾਤਮਾ ਦੇ ਮੇਰੇ ਤੇ ਠਾਕੁਰ ਜੀ ਦਾ ਆਸ਼ੀਰਵਾਦ ਹੈ, ਬਣ ਕੇ ਮੇਰੀ ਕਿਰਪਾ, ਮੈਂ ਵੀ ਵਾਦਾਂ ਦੀ ਗੱਲ ਹੀ ਨਹੀਂ ਕਰਦਾ, ਮੈਂ ਨਾ ਕਦੀ ਕੀਤੀ ਹੈ। ਜੇ ਮੇਰੇ ਸ਼ੌਂਕ ਨੇ ਗਾਣੇ ਕੱਢਣ ਦੇ, ਮੈਂ ਹਿੰਦੂ ਜੱਟ ਕੱਢਿਆ ਤਾਂ ਲੋਕ ਮਗਰ ਕਈ ਨੂੰ ਕੋਈ ਕੱਟੜਵਾਦੀ ਮਗਰ ਪੈ ਗਏ, ਕਿਆ ਹਿੰਦੂ ਜੱਟ ਨਹੀਂ ਹੋ ਸਕਦਾ? ਜੇ ਮੇਰੇ ਸ਼ੌਂਕ ਨੇ, ਜੇ ਮੈਂ ਗਾਣਾ ਕੱਢਿਆ ਤੇ ਇਹ ਮੈਂ ਮਾੜਾ ਕੀ ਕਰਦਾ? ਲੋਕੀ ਫਿਲਮਾਂ ਬਣਾਉਂਦੇ ਨੇ, ਮੈਂ ਗਾਣਾ ਕੱਢਦਾ ਤਾਂ ਗੱਲ ਉਹੋ ਜਿਹੀ ਹੋ ਗਈ, ਪਰ ਮੇਰੇ ਸ਼ੌਂਕ ਨੇ ਮੈਂ ਆਪਣੇ ਸ਼ੌਂਕ ਦੇ ਪੂਰੇ ਕਰਨੇ ਹੀ ਹੈ ਜੀ। ਜੀ ਜੀ, ਤੁਹਾਡਾ ਕੀ ਰਿਐਕਸ਼ਨ ਸੀ ਜਦੋਂ ਤੁਸੀਂ ਇਹ ਫੋਟੋ ਦੇਖੀ, ਉੱਤੇ ਲਿਖਿਆ ਸੀ ਕਿ ਚਿੱਟੇ ਨਾਲ ਫੜਿਆ ਗਿਆ ਅਮਿਤ ਅਰੋੜਾ, ਤੁਹਾਡਾ ਕੀ ਰਿਐਕਸ਼ਨ ਸੀ ਪਹਿਲਾਂ? ਸਰ ਸਾਹਿਬ ਮਨ ਖਰਾਬ ਹੁੰਦਾ, ਦੁੱਖ ਲੱਗਦਾ, ਦੁੱਖ ਕਿਸ ਗੱਲ ਦਾ ਲੱਗਾ? ਮੈਂ ਪਰਿਵਾਰ ਗਵਾਏ ਨੇ, ਗੋਲੀਆਂ ਲੱਗੀਆਂ, ਮੇਰੇ ਅੱਤਵਾਦੀਆਂ ਨੇ ਗੋਲੀਆਂ ਮਾਰੀਆਂ, ਮੈਂ ਕਿੰਨੀ ਵਾਰੀ ਬੱਚਿਆ ਵਾਂ। ਹੁਣ ਪਿੱਛੇ ਲਗਾ ਲਓ, ਪਿਛਲੇ ਮਹੀਨੇ ਪਾਕਿਸਤਾਨ ਦੇ ਵਿੱਚੋਂ ਬੰਦੇ ਆਉਂਦੇ ਫੜੇ ਜਾਂਦੇ, ਦਿੱਲੀ ਪੁਲਿਸ ਨੇ ਬੰਦੇ ਫੜੇ, ਠੀਕ ਹੈ ਜੀ। ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਲੁਧਿਆਣਾ ਕਰੇ ਆਉਂਦੇ ਕਿ ਅਮਿਤ ਬਚ ਕੇ ਰਹਿ, ਵੱਡੀ ਵੱਡੀ ਏਜੰਸੀਆਂ ਕਹਿਣ ਲੱਗ ਗਈਆਂ ਅਮਿਤ ਬਚ ਕੇ ਰਹਿ, ਕਿਆ ਅਮਿਤ ਨੇ ਕਿਆ ਕਸੂਰ ਕੀਤਾ? ਅਮਿਤ ਇੱਕ ਦੇਸ਼ ਭਗਤ ਹੈ, ਅਮਿਤ ਪੰਜਾਬ ਹਿੱਤ ਦੀ ਗੱਲ ਕਰਦਾ ਹੈ, ਅਮਿਤ ਕੱਟੜ ਹਿੰਦੂ ਹੈ, ਕੋਈ ਗੁਨਾਹ ਨਹੀਂ ਅਮਿਤ ਨੇ? ਹੈ ਤੁਹਾਨੂੰ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਕਿ ਅਮਿਤ ਆ ਕੇ ਕੰਮ ਕਰਤਾ, ਤੂੰ ਆ ਕੀ ਕਾਂਡ ਕਰਤਾ? ਹੈਲੋ, ਤੁਹਾਨੂੰ ਕਿਸੇ ਦਾ ਫੋਨ ਆਇਆ ਪਹਿਲਾਂ ਕਿ ਆ ਕਿੰਨੇ ਕਾਂਡ ਕਰਤਾ ਆ ਅਮਿਤ? ਘੱਟੋ ਘੱਟ ਨਾ ਨਾ ਕਰਦੇ ਵੀ, ਮੈਂ ਕਹਿੰਦਾ ਲੱਖਾਂ ਫੋਨ, ਲੱਖਾਂ ਫੋਨ, ਮਤਲਬ ਮੈਂ ਤੁਹਾਡਾ ਫੋਨ ਆ ਰਿਹਾ ਸੀ, ਕਿਉਂ ਨੀ ਚੱਕ ਰਿਹਾ ਸੀ? ਮੈਂ ਸਮਝਿਆ ਕਿੱਥੇ ਕੋਈ ਹੋਰ ਵਿਊ ਲੈਣ ਲਈ ਕੋਈ ਐਵੇਂ ਗਲਤ ਬੰਦਾ ਨਾ ਹੋਵੇ। ਤੁਹਾਡੇ ਪੱਤਰਕਾਰ ਭਾਈਚਾਰੇ ਨੇ ਫੋਨ ਕੀਤਾ ਕਿ ਤੁਹਾਡਾ ਫੋਨ ਆਣਾ, ਤਦ ਮੈਂ ਖੁਦ ਸੈਟਿਸਫਾਈਡ ਹੋ ਗੱਲ ਕਰ ਰਿਹਾ ਵਾਂ। ਮਤਲਬ ਜਾਣ ਕੇ ਖਰਾਬ ਕੀਤਾ ਜਾ ਰਿਹਾ, ਮੇਰੀ ਛਵੀ ਖਰਾਬ ਕੀਤੀ ਜਾ ਰਹੀ ਹੈ, ਔਰ ਮੈਂ ਉਮੀਦ ਕਰੂੰਗਾ। ਜੀ ਜੀ, ਉਮੀਦ ਕਰਦੇ ਹਾਂ ਤੁਸੀਂ ਇਸ ਤਸਵੀਰ ਨੂੰ ਲੈ ਕੇ ਪ੍ਰਸ਼ਾਸਨ ਕੋਲ ਜਾਓ। ਔਰ ਕਿਉਂ ਵਾਇਰਲ ਕੀਤੀ ਜਾ ਰਹੀ ਹੈ, ਚਲੋ ਇਹ ਤਾਂ ਸਾਫ਼ ਹੋ ਗਿਆ ਕਿ ਇਹ ਤਸਵੀਰ ਤੁਹਾਡੀ ਸੀ, ਪਰ ਕਿਉਂ ਹੁਣ ਵਾਇਰਲ ਕੀਤੀ ਜਾ ਰਹੀ ਹੈ, ਇਸ ਨੂੰ ਲੈ ਕੇ ਤੁਸੀਂ ਪ੍ਰਸ਼ਾਸਨ ਅੱਗੇ ਆਪਣੀ ਜ਼ਰੂਰ ਮੰਗ ਰੱਖਿਓ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਬਿਲਕੁਲ, ਤੁਹਾਡਾ ਭਰਾਵਾਂ ਸਾਥ ਹੈ ਜੀ। ਜੀ, ਧੰਨਵਾਦ।